ਸਤ ਸ੍ਰੀ ਅਕਾਲ ਦੋਸਤੋ ਮੈਂ ਪ੍ਰਗਟ ਸਿੰਘ ਪੁੱਲਰ ਅੱਜ ਆਪਣੀ ਵੀਡੀਓ ਦਾ ਮਕਸਦ ਹੈਗਾ ਜੀ ਝੋਨੇ ਦੇ ਵਿੱਚ ਦੂਜੀ ਸਪਰੇ ਕਿਹਸ ਦਵਾਈ ਦੀ ਤੇ ਕਦੋਂ ਕਰਨੀ ਹੈ ਜਿਸ ਤਰ੍ਹਾਂ ਮੈਂ ਤੁਹਾਨੂੰ ਇੱਕ ਪਹਿਲਾਂ ਦੋ ਵੀਡੀਓ ਬਣਾ ਕੇ ਦਿੱਤੀਆਂ ਸੀ ਕਿ ਝੋਨੇ ਦੇ ਵਿੱਚ ਪਹਿਲੀ ਸਪਰੇ ਕਦੋਂ ਤੇ ਕਿਸ ਦਵਾਈ ਦੀ ਕੀ ਕਰਨੀ ਹੈ ਇਸੇ ਤਰ੍ਹਾਂ ਇਹ ਦੂਸਰੀ ਸਪਰੇ ਦੇ ਸੰਦਰਭ ਦੇ ਵਿੱਚ ਹੈਗੀ ਹੈ ਤੇ ਭਾਗ ਪਹਿਲਾ ਪਾਰਟ 1 ਦੇ ਵਿੱਚ ਮੈਂ ਗੱਲ ਕਰੂੰਗਾ ਜੀ ਇਨਸੈਕਟਿਸਾਈਡ ਦੇ ਬਾਰੇ ਇਨਸੈਕਟ ਦੇ ਹਮਲੇ ਦੇ ਬਾਰੇ ਵੀ ਝੋਨੇ ਦੇ ਵਿੱਚ ਦੂਜੀ ਸਪਰੇ ਦੇ ਲਈ ਆਪਾਂ ਕਿਹੜੀਆਂ ਦਵਾਈਆਂ ਯੂਜ਼ ਕਰਨੀਆਂ ਤੇ ਕਿਹੜੇ ਇਨਸੈਕਟ ਸਾਡੇ ਝੋਨੇ ਤੇ ਹਮਲਾ ਕਰਦੇ ਨੇ ਸੋ ਦੋ ਸਟੇਜਿਸ ਨੇ ਜੀ ਪੂਰੇ ਪੰਜਾਬ ਦੇ ਵਿੱਚ ਝੋਨੇ ਦੀਆਂ ਪਹਿਲੀ ਤੇ ਸਟੇਜ ਇਹ ਹੈਗੀ ਹੈ ਜੀ ਜਿਹਦੇ ਵਿੱਚ ਕਿ ਗੋਭ ਅਜੇ ਬੰਨਾ ਸ਼ੁਰੂ ਹੋਇਆ ਝੰਡਾ ਪੱਤਾ ਆਹ ਹੁੰਦਾ ਜੀ ਝੰਡਾ ਪੱਤਾ ਜਿਹੜਾ ਆਪਣਾ ਨਿਕਲੇਗਾ ਠੀਕ ਹੈ ਜੀ ਝੰਡਾ ਪੱਤਾ ਆਪਣਾ ਬੰਨਾ ਸ਼ੁਰੂ ਹੋਇਆ ਹੈ ਜਾਂ ਦੂਸਰੀ ਸਟੇਜ ਜਿਹੜੀ ਸਾਡੀ ਨਸਾਰੇ ਤੇ ਆ ਚੁੱਕੀ ਹੈ ਤਾਂ ਇਹ ਦੋ ਹੀ ਸਟੇਜਿਸ ਨੇ ਪੂਰੇ ਪੰਜਾਬ ਦੇ ਵਿੱਚ ਤੇ ਇਹਨਾਂ ਦੋ ਸਟੇਜਿਸ ਦੇ ਉੱਤੇ ਇਨਸੈਕਟ ਦੇ ਹਮਲੇ ਨੂੰ ਕਨਸੀਡਰ ਕਰਨਾ ਚਾਹੀਦਾ ਹੈ ਵੈਲਿਊਏਬਲ ਕਨਸੀਡਰ ਕਰਨਾ ਚਾਹੀਦਾ ਹੈ ਕਿਉਂਕਿ ਇੱਥੇ ਆ ਕੇ ਇਨਸੈਕਟ ਦਾ ਹਮਲਾ ਨੁਕਸਾਨ ਕਰਦਾ ਹੈ। ਇਦੋਂ ਪਹਿਲਾਂ ਪੱਤਾ ਲਪੇਟ ਪੈ ਜਾਵੇ ਕੋਈ ਨੁਕਸਾਨ ਨਹੀਂ ਨਸਾਰੇ ਤੋਂ ਪਹਿਲਾਂ। ਅਗਰ ਨਸਾਰੇ ਤੇ ਜਾਂ ਨਸਾਰੇ ਤੋਂ ਬਾਅਦ ਪੱਤਾ ਲਪੇਟ ਜਾਂ ਗੋਪਦੀ ਦੀ ਸੁੰਡੀ ਪੈਂਦੀ ਆ ਤਾਂ ਉਹਦੇ ਵਿੱਚ ਸਾਡਾ ਨੁਕਸਾਨ ਹੋ ਸਕਦਾ ਹੈ ਅਗਰ ਉਹਦਾ ਅਟੈਕ ਜ਼ਿਆਦਾ ਹੋ ਜਾਂਦਾ ਹੈ। ਹੁਣ ਇਹਦੀ ਜਿਹੜੀ ਗੋਭ ਦੀ ਸੁੰਡੀ ਜਾਂ ਪੱਤਾ ਲਪੇਟ ਦੀ ਪਛਾਣ ਤਾਂ ਤੁਹਾਨੂੰ ਪਤਾ ਹੀ ਐ ਜਿਵੇਂ ਪੱਤਾ ਲਪੇਟ ਦੀ ਗੱਲ ਕਰਾਂ ਤੇ ਪੱਤੇ ਖਾਦੇ ਹੋਣਗੇ ਜਿਸ ਤਰ੍ਹਾਂ ਆ ਪੱਤਾ ਹੈਗਾ ਜੀ ਇਹਦੇ ਵਿੱਚ ਸਫੇਦ ਭਾਗ ਏ ਠੀਕ ਹੈ ਜੀ ਵਿੱਚੋਂ ਚਿੱਟਾ ਹੋਏਗਾ ਖੋਲਣ ਤੇ ਸੁੰਡੀ ਨਿਕਲੇਗੀ ਪਰ ਹੈ ਨਹੀਂ ਸਾਡੇ ਤੇ ਜਿਹੜੀ ਗੋਭ ਦੀ ਸੁੰਡੀ ਹੈ ਨਹੀਂ ਗੋਭ ਦੀ ਸੁੰਡੀ ਦੇ ਹਮਲੇ ਨੂੰ ਪਛਾਣਨਾ ਔਖਾ ਹੁੰਦਾ ਉਹਦੀਆਂ ਦੋ ਹੀ ਨਿਸ਼ਾਨੀਆਂ ਨੇ ਪਹਿਲਾ ਇਸ ਸਟੇਜ ਤੇ ਜਿਹੜੀ ਸਾਡੀ ਗੋਭ ਦਾ ਪਹਿਲਾ ਪੱਤਾ ਨਿਕਲੇਗਾ ਜਾਂ ਆਖਰਲਾ ਪੱਤਾ ਝੰਡਾ ਪੱਤਾ ਕਹਿ ਲੋ ਉਹ ਸੁੱਕੀ ਹੋਈ ਗੋਭ ਨਿਕਲੇਗੀ ਅਗਰ ਇਸ ਸਟੇਜ ਤੇ ਆ ਤਾਂ ਚਿੱਟਾ ਜਿਹੜਾ ਛਿੱਟਾ ਉਹ ਬਾਹਰ ਆਏਗਾ ਜਾਂ ਛਿੱਟੇ ਦਾ ਰੰਗ ਮੁੰਜਰ ਦਾ ਰੰਗ ਝੋਨੇ ਦੀ ਦਾ ਉਹ ਸਫੇਦ ਹੋਏਗਾ ਤਾਂ ਤੀਸਰਾ ਹਮਲਾ ਜਿਹੜਾ ਕੰਸੀਡਰੇਬਲ ਇਨਸੈਕਟ ਦਾ ਹੈਗਾ ਜੀ ਉਹ ਹੈਗਾ ਤੇਲਾ ਹੌਪਰ ਜਿਹਦੇ ਤੇ ਮੈਂ ਆਲਰੇਡੀ ਪਹਿਲਾਂ ਇੱਕ ਵਾਰ ਸਾਰੀ ਡਿਟੇਲ ਦੇ ਵਿੱਚ ਵੀਡੀਓ ਬਣਾ ਚੁੱਕਾ ਹਾਂ ਪਰ ਫਿਰ ਵੀ ਮੇਰਾ ਦੱਸਣਾ ਜ਼ਰੂਰੀ ਹੋ ਜਾਂਦਾ ਹੈ ਇਸ ਸਟੇਜ ਦੇ ਵਿੱਚ ਹੌਪਰ ਜਿਹੜਾ ਹੈਗਾ ਅਟੈਕ ਕਰ ਸਕਦਾ ਹੈ ਕਈ ਇਲਾਕਿਆਂ ਦੇ ਵਿੱਚ ਹੌਪਰ ਨੇ ਹਾਲ ਰੈਡੀ ਤੇਲੇ ਨੇ ਹਾਲ ਰੈਡੀ ਅਟੈਕ ਕਰ ਦਿੱਤਾ ਤਾਂ ਉਹਦੀ ਪਛਾਣ ਸਿੱਧੀ ਜੀ ਹੈ ਜੀ ਤੁਸੀਂ ਕਰਨਾ ਕੀ ਹੈ ਆਪਣੀ ਫਸਲ ਦੇ ਮੁੱਢਾਂ ਨੂੰ ਧਿਆਨ ਨਾਲ ਦੇਖੋ ਅਗਰ ਉਹਦੇ ਵਿੱਚ ਸਫੇਦ ਰੰਗ ਦੇ ਚਿੱਟੇ ਜੀ ਤੁਹਾਨੂੰ ਦਿਸਦੇ ਨੇ ਨਜ਼ਰ ਆਉਂਦੇ ਨੇ ਕਿਤੇ ਤਾਂ ਤੁਸੀਂ ਸਮਝੋ ਕਿ ਤੇਲੇ ਦਾ ਅਟੈਕ ਹੋ ਚੁੱਕਾ ਹੈ ਤਾਂ ਹੁਣ ਇਨਸੈਕਟ ਦੇ ਅਟੈਕ ਨੂੰ ਕਾਬੂ ਕਰਨ ਦੀਆਂ ਸਭ ਤੋਂ ਪਹਿਲੀਆਂ ਵਿਧੀਆਂ ਰਸਾਇਣ ਤੋਂ ਬਿਨਾਂ ਪਾਣੀ ਸਕਾ ਕੇ ਰੱਖੋ ਜੀ ਜਿਸ ਤਰ੍ਹਾਂ ਅਸੀਂ ਸਕਾਇਆ ਹੋਇਆ ਬਿਲਕੁਲ ਪਾਣੀ ਨਹੀਂ ਹੈਗਾ ਖੇਤ ਦੇ ਵਿੱਚ ਸਿਰਫ ਅਸੀਂ ਵੱਤਰ ਤੇ ਆ ਕੇ ਝੋਨੇ ਨੂੰ ਭਰਦੇ ਪਏ ਆਂ इवन ਕਿ ਜੇ ਸਾਡਾ ਤਰੇੜਾ ਪਾੜ ਵੀ ਜਾਂਦੀਆਂ ਨਾ ਝੋਨੇ ਦੀਆਂ ਟੈਨਸ਼ਨ ਕੋਈ ਨਹੀਂ ਗਈ ਭਰ ਜਾਂਦਾ ਝੋਨਾ ਕੋਈ ਚੱਕਰ ਨਹੀਂ ਕਿਉਂਕਿ ਛਾਂ ਬਹੁਤ ਕੀਤੀ ਹੋਈ ਝੋਨੇ ਨੇ ਐਡੀ ਟੈਨਸ਼ਨ ਵਾਲੀ ਗੱਲ ਨਹੀਂ ਤਰੇੜਾ ਪਟਣ ਤੋਂ ਬਾਅਦ ਵੀ ਝੋਨਾ ਭਰ ਜਾਂਦਾ ਦੂਸਰਾ ਨਾਈਟ੍ਰੋਜਨ ਖਾਦ ਦੀ ਜੇ ਤੁਸੀਂ ਐਕਸਟਰਾ ਵਰਤੋਂ ਕੀਤੀ ਹੈ ਜਿਆਦਾ ਵਰਤੋਂ ਕੀਤੀ ਹੈ ਤਾਂ ਭਾਜੀ ਇਨਸੈਕਟ ਨੇ ਅਟੈਕ ਕਰਨਾ ਹੀ ਕਰਨਾ ਹੈ ਇਹ ਜਦ ਤੋਂ ਵੱਡਾ ਮੇਨ ਕਰਨਾ ਹੁਣ ਇਹਨਾਂ ਦਾ ਕੰਟਰੋਲ ਕਿਸ ਤਰ੍ਹਾਂ ਕਰਨਾ ਇਸ ਸਟੇਜ ਦੇ ਜੇ ਆਪਾਂ ਗੱਲ ਕਰੀਏ ਪੱਤਾ ਲਪੇਟ ਤੇ ਗੋਭ ਦੀ ਸੁੰਡੀ ਦੀ ਤਾਂ ਮੈਂ ਇਹਦੇ ਵਿੱਚ ਤੁਸੀਂ ਇਨਵੇਟ ਦਵਾਈ ਆਉਂਦੀ ਹੈ ਯੂਪੀਐਲ ਦੀ ਉਹਦਾ ਇਸਤੇਮਾਲ ਕਰ ਸਕਦੇ ਹੋ ਸੇਮ ਸਾਲਟ ਟਕੋਮੀ ਵਾਲਾ ਉਹ ਸਸਤੀ ਵੀ ਪੈਂਦੀ ਹੈ ਟਕੋਮੀ ਦਾ ਫੇਮ ਦਾ ਇਹਨਾਂ ਤਿੰਨਾਂ ਦਾ ਟੈਕਨੀਕਲ ਜਿਹੜਾ ਹੈਗਾ ਸੇਮ ਹੈ ਤਿੰਨਾਂ ਦੀ ਵਰਤੋਂ ਕਰ ਸਕਦੇ ਹੋ ਹੁਣ ਇਸ ਸਟੇਜ ਤੇ ਜਾਂ ਗੋਹ ਵਾਲੀ ਸਟੇਜ ਤੇ ਤੁਸੀਂ ਪ੍ਰਾਣ ਦੀ ਸਪਰੇ ਨਹੀਂ ਕਰਨੀ ਕਿਉਂਕਿ ਖੁਸ਼ਕ ਹੁੰਦੀ ਆ ਪੱਤਿਆਂ ਨੂੰ ਲਾਲ ਕਰਦੀ ਆ ਕਿਤੇ ਨਾ ਕਿਤੇ ਛਿੱਟੇ ਦੇ ਰੰਗ ਦੇ ਜਿਹੜੇ ਦਾਣੇ ਆ ਉਹਨਾਂ ਦੇ ਰੰਗ ਨੂੰ ਕਾਲਾ ਵੀ ਕਰ ਦਿੰਦੀ ਆ ਕੋਰਾਜਨ ਦਾ ਇਸਤੇਮਾਲ ਕਰ ਸਕਦੇ ਹੋ ਜੀ ਤੇ ਤਿੰਨੇ ਜਿਹੜੀਆਂ ਦਵਾਈਆਂ ਮੈਂ ਫੇਮ ਵਾਲੀਆਂ ਦੱਸਿਆ ਨੇ ਉਹਨਾਂ ਦਾ ਇਸਤੇਮਾਲ ਕਰ ਸਕਦੇ ਹੋ ਇੱਕ ਘਾਰੜਾ ਦੀ ਵੀ ਦਵਾਈ ਆਉਂਦੀ ਮੈਨੂੰ ਨਾਮ ਨਹੀਂ ਯਾਦ ਹੈਗਾ ਉਹਦਾ ਵੀ ਬਹੁਤ ਚੰਗਾ ਰਿਜ਼ਲਟ ਹੈ ਇਸ ਸਟੇਜ ਦੇ ਉੱਤੇ ਅਗਰ ਤੁਸੀਂ ਪੱਤਾ ਲਪੇਟਦੇ ਆ ਗੋਭ ਦੀ ਛੁੰਡੀ ਦੀ ਜਿਹੜੀ ਸ਼ਿਕਾਇਤ ਨੋਟ ਕਰਦੇ ਹੋ ਤਾਂ ਹੁਣ ਅਗਲੀ ਗੱਲ ਇਸ ਸਟੇਜ ਤੇ ਜਿਹੜਾ ਸਭ ਤੋਂ ਘਾਤਕ ਜਿਹੜਾ ਅਟੈਕ ਜਿਹੜਾ ਇਨਸੈਕਟ ਕਰਦਾ ਨੇ ਜੀ ਉਹ ਹੈਗਾ ਤੇਲਾ ਤੇਲੇ ਦੀ ਰੋਖ ਥਾਮ ਜਿਹੜੀ ਹੈਗੀ ਆ ਉਹ ਪਹਿਲਾਂ ਹੀ ਕਰਨੀ ਪੈਂਦੀ ਆ ਤੇਲਾ ਪੈਣ ਤੋਂ ਬਾਅਦ ਇਹਦੀ ਰੋਖ ਥਾਮ ਕਰਨਾ ਬਹੁਤ ਜ਼ਿਆਦਾ ਮੁਸ਼ਕਲ ਹੋ ਜਾਂਦਾ ਹੈ ਕਿਉਂਕਿ ਅਸੀਂ ਨਾ ਕੱਲਾ-ਕੱਲਾ ਬੂਟਾ ਨਹੀਂ ਵੇਖ ਸਕਦੇ ਚੋਨੇ ਦਾ ਇਹ ਸਾਡੀ ਪ੍ਰੋਬਲਮ ਆ ਪ੍ਰੋਬਲਮ ਨਹੀਂ ਇਹ ਕਹਿ ਲੋ ਵੀ ਇੱਕ ਇੱਕ ਫੈਕਟ ਹੈ ਕਿ ਅਸੀਂ ਇਕੱਲਾ-ਕੱਲਾ ਝੋਨੇ ਦਾ ਬੂਟਾ ਨਹੀਂ ਚੈੱਕ ਕਰ ਸਕਦੇ ਅਸੀਂ ਵੱਟਾਂ ਬੰਨਿਆਂ ਤਾਂ ਦੇਖ ਸਕਦੇ ਹੱਥੋ-ਹੱਥ ਦੇਖ ਕੇ ਲਾਈਮ ਤੇ ਜਾ ਸਕਦੇ ਹਾਂ ਝੋਨੇ ਨੂੰ ਤਾਂ ਜਿਹੜੀ ਟਿੱਬੀ ਤੇ ਤੇਲੇ ਦਾ ਅਟੈਕ ਹੋ ਗਿਆ ਜਾਂ ਇੱਕ ਚਿੱਟੇ ਭਮੱਕੜ ਦਾ ਵੀ ਅਟੈਕ ਹੋਣਾ ਰਸ ਚੂਸਣ ਵਾਲਾ ਭਮੱਕੜ ਹੁੰਦਾ ਉਹ ਵੀ ਟਿੱਬੀਆਂ ਹੀ ਬਿਠਾਉਂਦਾ ਜਿਸ ਤਰ੍ਹਾਂ ਤੇਲਾ ਬਿਠਾਉਂਦਾ ਤਾਂ ਇਹਨਾਂ ਦੋ ਕੀੜਿਆਂ ਦਾ ਜਿਹੜਾ ਅਟੈਕ ਆ ਉਹ ਇਸ ਟਾਈਮ ਫਸਲ ਦੇ ਉੱਤੇ ਹੋ ਜਾਣਾ ਹੈ ਤਾਂ ਤੁਸੀਂ ਤੇਲੇ ਦੀ ਰੋਖथाम ਦੇ ਲਈ ਜਿਸ ਤਰ੍ਹਾਂ ਮੈਂ ਤੇਲੇ ਵਾਲੀ ਵੀਡੀਓ ਦੇ ਵਿੱਚ ਦੱਸਿਆ ਹੈ ਤੁਸੀਂ ਉਹਦਾ ਪਹਿਲਾਂ ਤੋਂ ਹੀ ਰੋਖਥਾਮ ਕਰਨੀ ਹੈ ਤੇਲਾ ਜਦੋਂ ਪੈ ਗਿਆ ਉਸ ਤੋਂ ਬਾਅਦ ਉਹਦਾ ਕੋਈ ਫਾਇਦਾ ਨਹੀਂ ਹੁੰਦਾ ਜਿੰਨਾ ਨੁਕਸਾਨ ਕਰਤਾ ਉਹਦੀ ਪੂਰਤੀ ਨਹੀਂ ਹੋ ਸਕਦੀ ਪ੍ਰੋਬਲਮ ਹੁਣ ਅੱਛਾ ਪ੍ਰੋਬਲਮ ਪਤਾ ਕੀ ਹੈ ਜਿਹੜੀਆਂ ਨਸਾਰੇ ਵਾਲੀਆਂ ਸਟੇਜ ਹੁੰਦੀਆਂ ਨਾ ਅਗਰ ਇਹਨਾਂ ਤੋਂ ਪਹਿਲਾਂ ਕੋਈ ਵੀ ਇਨਸੈਕਟ ਹਮਲਾ ਕਰਦਾ ਨਾ ਤਾਂ ਰਿਕਵਰੇਬਲ ਹੁੰਦਾ ਰਿਕਵਰੇਬਲ ਕਿਉਂ ਹੁੰਦਾ ਉਦੀ ਪੂਰਤੀ ਕਿਉਂ ਕੀਤੀ ਜਾ ਸਕਦੀ ਹੈ ਕਿਉਂਕਿ ਉਦੋਂ ਸਟੇਜ ਜਿਹੜੀ ਝੋਨੇ ਦੀ ਹੁੰਦੀ ਫੋਟ ਵਾਲੀ ਹੁੰਦੀ ਆ ਇੱਕ ਦੰਦਾ ਖਰਾਬ ਹੋਊਗਾ ਇੱਕ ਤੰਦ ਖਰਾਬ ਹੋਊਗਾ ਇੱਕ ਫੋਟ ਖਰਾਬ ਹੋਊਗੀ ਝੋਨਾ ਦੂਸਰੀ ਫੋਟ ਕਰ ਲੇਗਾ ਪਰ ਜਦੋਂ ਝੋੜਾ ਝੋਨਾ ਨਸਾਰੇ ਤੇ ਆ ਗਿਆ ਗੋਭ ਬਣ ਗਈ ਫੇਰ ਝੋਨੇ ਨੇ ਜਿਹੜੀ ਫੋਟ ਕੀਤੀ ਵੀ ਆ ਤੇ ਉਹਨੂੰ ਛਟਾਣੀ ਪੈਣਾ ਕਹਿੜਾ ਦਾ ਮਤਲਬ ਜਿਹੜੇ ਝੋਨੇ ਦੇ 나ੜ ਨੂੰ ਇਨਸੈਕਟ ਨੇ ਖਰਾਬ ਕਰਤਾ ਉਹ ਖਰਾਬ ਹੀ ਆ ਫਿਰ ਉਹ ਕਵਰ ਨਹੀਂ ਹੋਣਾ ਸੋ ਉਸ ਤੋਂ ਬਾਅਦ ਤੁਸੀਂ ਤੇਲੇ ਦੇ ਅਟੈਕ ਨੂੰ ਰੋਕਣ ਦੇ ਲਈ ਜਿਵੇਂ ਕਾਫੀ ਦਵਾਈਆਂ ਮੈਂ ਤੁਹਾਨੂੰ ਦੱਸੀਆਂ ਸੀ ਚੈਸ ਦੱਸੀ ਸੀ ਬੜਾ ਵਧੀਆ ਰਿਜ਼ਲਟ ਹੈ ਉਹਦਾ ਉਹ ਸ਼ੀਨ ਦਾ ਤਾਂ ਮੈਂ ਖੁਦ ਯੂਜ਼ ਕੀਤਾ ਆ ਬਹੁਤ ਵਧੀਆ ਰਿਜ਼ਲਟ ਆ ਉਸ ਤੋਂ ਬਾਅਦ ਟੋਕਨ ਦਵਾਈ ਹੈਗੀ ਆ ਡੋਟਾਂਸੂ ਦਵਾਈ ਹੈਗੀ ਆ ਹੋਰ ਵੀ ਕਈ ਦਵਾਈਆਂ ਹੈਗੀਆਂ ਨੇ ਤਾਂ ਇਹਨਾਂ ਦਾ ਤੁਸੀਂ ਇਸਤੇਮਾਲ ਕਰ ਸਕਦੇ ਹੋ ਤਾਂ ਵੈਸੇ ਜੇ ਤੁਹਾਡੇ ਖੇਤ ਦੇ ਵਿੱਚ ਤੇਲਾ ਨਹੀਂ ਨਾ ਹੈਗਾ ਤਾਂ ਤੁਸੀਂ ਇੱਕ ਡਰ ਦੇ ਤੌਰ ਤੇ ਰੱਖਦੇ ਹੋ ਵੀ ਹਾਂਜੀ ਡਰ ਆ ਸਾਨੂੰ ਤੇਲਾ ਆ ਸਕਦਾ ਹੈ ਤਾਂ ਤੁਸੀਂ ਉਹਦੇ ਵਿੱਚ ਬਫਰੋਜਨ ਜਾਂ ਟਾਰਾ ਵਾਲਾ ਕੋਈ ਵੀ ਦਵਾਈ ਆ ਜਿਹੜੀ ਉਹਦਾ ਇਸਤੇਮਾਲ ਕਰ ਸਕਦੇ ਹੋ ਉਹ ਅਗਰ ਇੱਕਾਦੁੱਕਾ ਥਾਵਾਂ ਤੇ ਤੇਲੇ ਦਾ ਅਟੈਕ ਹੋਇਆ ਹੈ ਜਾਂ ਇੱਕਦੁੱਕਾ ਦਾਣੇ ਨੇ ਤਾਂ ਉਹਨਾਂ ਨੂੰ ਕਵਰ ਕਰ ਲੈਂਦੀ ਹੈ ਬਹੁਤੇ ਅਟੈਕ ਨੂੰ ਦਵਾਈਆਂ ਕਵਰ ਨਹੀਂ ਕਰਨਗੀਆਂ ਕਈ ਐਸੀਫੇਡ ਵੀ ਇਸਤੇਮਾਲ ਕਰ ਰਹੇ ਨੇ ਇੱਥੇ ਆ ਕੇ ਐਸੀਫੇਡ ਦਾ ਇਸਤੇਮਾਲ ਨਾ ਕਰੋ ਕਿਉਂਕਿ ਥੋੜੀ ਜਿਹੀ ਤੇਜ਼ ਤੇ ਖੁਸ਼ਕ ਦਵਾਈ ਆ ਇਸ ਸਟੇਜ ਤੇ ਤੁਸੀਂ ਐਸੀਫੇਡ ਦਾ ਜਿਹੜਾ ਇਸਤੇਮਾਲ ਕਰ ਸਕਦੇ ਹੋ ਕਾਰਗਰ ਰਿਜ਼ਲਟ ਹੈਗਾ ਜਿਦੇ ਵਿੱਚ ਜਿਹੜੇ ਐਸੀਫੇਡ ਦੇ ਵਿੱਚ 1.8% ਮਿੱਡਾ ਹੈਗਾ ਨਾ ਉਹ ਕੋਸ਼ ਅੱਧ ਤੱਕ ਤੇਲੇ ਨੂੰ ਵੀ ਰੋਕ ਦਿੰਦੀ ਆ ਸੋ ਇਸ ਤੋਂ ਬਾਅਦ ਜਿਹੜੇ ਘਬਰਾ ਰਹੇ ਨੇ ਲੋਕ ਇਹਨਾਂ ਪੱਤਿਆਂ ਨੂੰ ਦੇਖ ਦੇਖ ਕੇ ਘਬਰਾ ਰਹੇ ਨੇ ਪਤਾ ਨਹੀਂ ਕਿਹੜੀ ਬਲਾ ਆ ਗਈ ਹੈ ਇਹ ਜਿੰਨੂੰ ਆਪਾਂ ਘੋੜਾ ਕਹਿੰਦੇ ਆ ਟਿੱਡਾ ਬੋਲਦੇ ਆ ਹਨਾ ਉਹਨੇ ਖਾਦੇ ਹੋਏ ਆ ਜੀ ਆ ਪੱਤੇ ਕੋਈ ਚੱਕਰ ਨਹੀਂ ਵੀਰ ਜੀ ਜਦੋਂ ਤੱਕ ਉਹ ਚੀਜ਼ ਤੁਹਾਡੇ ਖੇਤ ਦੇ ਵਿੱਚ ਤੁਹਾਡੇ ਬੂਟੇ ਦੇ ਘੱਟੋ ਘੱਟ 10% ਪੱਤਿਆਂ ਨੂੰ ਪੂਰਨ ਤੌਰ ਤੇ ਨਹੀਂ ਖਾ ਲੈਂਦਾ ਉਦੋਂ ਚੱਕ ਤੁਹਾਨੂੰ ਉਹਦੀ ਟੈਨਸ਼ਨ ਲੈਣ ਦੀ ਲੋੜ ਨਹੀਂ ਹੈਗੀਗੀ ਦੂਸਰੀ ਗੱਲ ਜਿਹੜਾ ਜਿਹੜਾ ਕੋੜਾ ਜਾਂ ਟਿੱਡਾ ਜਿਹੜਾ ਹਮਲਾ ਕਰਦਾ ਨਾ ਜੇ ਚੋਨੇ ਦੇ ਉੱਤੇ ਤਾਂ ਉਹ ਇਸ ਸਟੇਜ ਦੇ ਉੱਤੇ ਜ਼ਿਆਦਾ ਨੁਕਸਾਨ ਕਰਦਾ ਜਦੋਂ ਛਿੱਟੇ ਬਾਹਰ ਆ ਜਾਂਦੇ ਮੁੰਜਰਾ ਟੋਕ ਕੇ ਥੱਲੇ ਸੋੜ ਦਿੰਦਾ ਇਸ ਸਟੇਜ ਤੇ ਸਿਰਫ ਪੱਤੇ ਹੀ ਖਾਏਗਾ ਕੁਝ ਨਹੀਂ ਕਰਦਾ ਹੋਰ ਤੇ ਤੀਸਰੀ ਗੱਲ ਜੇ ਤੁਹਾਡੇ ਖੇਤ ਵਿੱਚ ਜਾਲਾ ਹੈਗਾ ਆ ਜਿਹੜੀ ਮੱਕੜੀ ਦੇ ਜਾਲੇ ਆ ਉਹ ਹੈਗੇ ਆ ਤਾਂ ਟਿੱਡਾ ਵੈਸੇ ਹੀ ਕਿਤੇ ਨਾ ਕਿਤੇ ਕਾਬੂ ਆ ਜਾਂਦਾ ਤਾਂ ਲੋੜ ਨਹੀਂ ਉਹਨੂੰ ਕੋਈ ਟੈਨਸ਼ਨ ਲੈਣ ਦੀ ਤੇ ਪਰ ਇੱਕ ਗਲਤੀ ਜਿਹੜੀ ਮੈਂ ਆਮ ਤੌਰ ਤੇ ਹੁੰਦੀ ਦੇਖੀ ਆ ਤੁਸੀਂ ਕੰਟੈਕਟ ਬੇਸਡ ਦਵਾਈਆਂ ਦੀ ਵਰਤੋਂ ਕਰਦੇ ਹੋ ਝੋਨੇ ਦੇ ਵਿੱਚ ਬੜੇ ਸ਼ਰਿਆਮ ਬਹੁਤ ਜ਼ਿਆਦਾ ਖੁੱਲੇ ਤਰੀਕੇ ਨਾਲ ਤਾਂ ਸੋ ਪਲੀਜ਼ ਮੇਰੀ ਇੱਕ ਰਿਕਵੈਸਟ ਹੈ ਕਿ ਕੰਟੈਕਟ ਬੇਸਡ ਦਵਾਈਆਂ ਦੀ ਵਰਤੋਂ ਨਾ ਕਰਿਆ ਕਰੋ ਕਿਉਂਕਿ ਉਹਦੇ ਵਿੱਚ ਸਾਡੇ ਮਿੱਤਰ ਕੀੜ ਜਿਆਦਾ ਮਰਦੇ ਆ ਦੁਸ਼ਮਣ ਕੀੜ ਘੱਟ ਮਰਦੇ ਆ ਸਪੋਸ ਦੇ ਤੌਰ ਤੇ ਅਗਰ ਮੈਂ ਗੱਲ ਕਰਾਂ ਵੀ ਜਿਹੜਾ ਆਪਣਾ ਜਾਲਾ ਹੁੰਦਾ ਨਾ ਇਹ ਪੱਤਾਲਪੇਟ ਸੁੰਡੀ ਤੇ ਗੋਬਦੀ ਸੁੰਡੀ ਦੇ ਦੋਵਾਂ ਦੇ ਭਮੱਕੜਾਂ ਨੂੰ ਕਾਬੂ ਕਰਨ ਦੇ ਵਿੱਚ ਬਹੁਤ ਮਦਦ ਕਰਦਾ ਹੈ ਮੱਕੜੀ ਜਿਹੜੀ ਹੁੰਦੀ ਹੈ ਹੁਣ ਜੇ ਤੁਸੀਂ ਕੰਟੈਕਟ ਬੇਸ ਦਵਾਈ ਯੂਜ਼ ਕੀਤੀ ਮੱਕੜੀ ਤੇ ਪਈ ਮੱਕੜੀ ਮਰ ਗਈ ਤਾਂ ਉਹਦਾ ਜਾਲਾ ਖਤਮ ਹੋ ਗਿਆ ਜਿਹੜਾ ਭਮੱਕੜ ਹੈ ਪੱਤਾਲਪੇਟ ਸੁੰਡੀ ਤੇ ਗੋਬਦੀ ਸੁੰਡੀ ਦਾ ਉਹ ਤੁਹਾਡੇ ਝੋਨੇ ਦੇ ਵਿੱਚ ਆਸਾਨੀ ਨਾਲ ਐਂਟਰ ਕਰ ਸਕੇਗਾ ਉਹਨੂੰ ਇੱਕ ਬਲਾਵਾ ਮਿਲ ਜਾਂਦਾ ਕਿਉਂਕਿ ਉਹਦਾ ਟੱਕਰਾ ਕਰਨ ਦੇ ਲਈ ਸਿਰਫ ਜ਼ਹਿਰ ਹੀ ਹੁੰਦੀ ਹੈ ਤੇ ਜ਼ਹਿਰ ਜਿਹੜੀ ਹੈਗੀ ਆ 10-15 ਦਿਨ ਤੱਕ ਅਸਰ ਰੱਖ ਕੇ ਖਤਮ ਹੋ ਜਾਂਦੀ ਸੋ ਪਲੀਜ਼ ਇਹ ਸੀ ਕਿ ਮੇਰੀ ਜਾਣਕਾਰੀ ਅਗਲੀ ਤੇ ਸੈਕੰਡ ਲਈ ਸਿੰਥੈਟਿਕ ਜ਼ਹਿਰਾਂ ਸਿੰਥੈਟਿਕ ਜ਼ਹਿਰਾਂ ਜਿਹੜੀਆਂ ਖਤਰਨਾਕ ਜ਼ਹਿਰਾਂ ਹੁੰਦੀਆਂ ਨੇ ਜਿਹੜੀਆਂ ਕਿ ਇੱਕ ਕੀਟ ਨੂੰ ਖਤਮ ਕਰਕੇ ਦੂਸਰੇ ਕੀਟ ਨੂੰ ਵਧਾਉਣ ਦੇ ਲਈ ਮਦਦ ਕਰਦੀਆਂ ਨੇ ਉਹਨਾਂ ਦੀ ਵਰਤੋਂ ਤੁਸੀਂ ਨਾ ਕਰੋ ਉਹਨਾਂ ਦੀ ਸਿੰਪਲ ਜੀ ਉਦਾਹਰਨ ਹੈਗੀ ਜੀ ਸਸਤੀਆਂ ਤੇ ਕੰਟੈਕਟ ਬੇਸ ਦਵਾਈਆਂ ਜਿਹੜੀਆਂ ਹੁੰਦੀਆਂ ਨੇ ਉਹ ਸਿੰਥੈਟਿਕ ਜ਼ਹਿਰਾ ਹੁੰਦੀਆਂ ਨੇ ਤਾਂ ਉਹਨਾਂ ਦੀ ਵਰਤੋਂ ਨਾ ਕਰੋ ਸਿਸਟੈਮਿਕ ਬੇਸ ਜ਼ਹਿਰਾਂ ਦੀ ਵਰਤੋਂ ਕਰੋ ਜਿਹੜੇ ਕਿ ਕੀੜੇ ਲਈ ਆਪਾਂ ਜ਼ਰੂਰੀ ਤੌਰ ਤੇ ਸਮਝਦੇ ਹਾਂ ਸੋ ਨੈਕਸਟ ਮੈਂ ਬਣਾਉਣ ਜਾ ਰਿਹਾ ਹਾਂ ਜੀ ਫੰਗਸ ਦੇ ਲਈ ਭਾਗ ਦੂਜਾ ਉਹਨੂੰ ਵੀ ਧਿਆਨ ਨਾਲ ਦੇਖਿਓ ਥੈਂਕ ਯੂ